ਘਰਾਂ ਵਿੱਚ ਬੈਠੇ ਮੋਬਾਈਲਾਂ ਨੂੰ ਛੱਡ ਕੇ ਆਪਣਾ ਸਟ੍ਰੈੱਸ ਨੂੰ ਖਤਮ ਕਰਨ ਦੇ ਲਈ ਸਰਕਸ ਦੇਖਣਾ ਕਿਉਂ ਹੈ ਜ਼ਰੂਰੀ? ਕਿਉਂਕਿ ਇੱਥੋਂ ਦਾ ਜੋ ਮਨੋਰੰਜਨ ਹੈ ਉਹ ਸਾਡੇ ਦਿਮਾਗ ਦੇ ਵਿੱਚ ਭਰੇ ਸਾਰੇ ਸਟ੍ਰੈੱਸ ਨੂੰ ਇੱਥੇ ਆ ਕੇ ਖਤਮ ਕਰ ਦਿੰਦਾ ਹੈ। ਕਿਉਂਕਿ ਜੇ ਅਸੀਂ ਇਸ ਤਰ੍ਹਾਂ ਦੀ ਸਰਕਸ ਦੇਖਦੇ ਹਾਂ ਤਾਂ ਅਸੀਂ ਮੋਬਾਈਲਾਂ ਤੋਂ ਦੂਰ ਹੋਵਾਂਗੇ ਅਤੇ ਮੋਬਾਈਲ ਸਾਨੂੰ ਸਿਰਫ ਬਿਮਾਰੀਆਂ ਦਿੰਦਾ, ਅਤੇ ਇੱਥੇ ਆ ਕੇ ਜਿਹੜੇ ਸਾਨੂੰ ਹਾਸੇ ਖੇਡੇ ਇੱਥੇ ਮਿਲਦੇ ਨੇ ਉਹ ਸਾਡੇ ਦਿਮਾਗ ਨੂੰ ਫਰੈਸ਼ ਕਰ ਦਿੰਦੇ ਹਨ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਮੁਲਤਾਨੀਆ ਰੋਡ ਦੇ ਨੇੜੇ ਲੱਗੀ ਇਸ ਸਰਕਸ ਦੀਆਂ ਇਹ ਸਾਰੀਆਂ ਤਸਵੀਰਾਂ। ਬਠਿੰਡਾ ਦੇ ਮੁਲਤਾਨੀਆ ਪੁਲ ਦੇ ਨੇੜੇ ਜਿਹੜੀ ਹੈ ਇਹ ਲੱਗੀ ਸਰਕਸ, ਉਸ ਦੇ ਵਿੱਚ ਜੋ ਲੋਕ ਇੱਥੇ ਆਏ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਮੋਬਾਈਲਾਂ ਨੂੰ ਛੱਡ ਕੇ ਇਸ ਤਰ੍ਹਾਂ ਦੇ ਜੋ ਈਵੈਂਟ ਹੁੰਦੇ ਨੇ ਸ਼ਹਿਰ ਦੇ ਅੰਦਰ ਉਹ ਜ਼ਰੂਰ ਦੇਖਣੇ ਚਾਹੀਦੇ ਨੇ। ਦੇਖ ਰਹੇ ਹੋ ਤਸਵੀਰਾਂ ਦੇ ਵਿੱਚ, ਕਿਉਂਕਿ ਇਸ ਦੇ ਨਾਲ ਜਿੱਥੇ ਸਾਡਾ ਸਟ੍ਰੈੱਸ ਖਤਮ ਹੁੰਦਾ ਹੈ ਉੱਥੇ ਸਾਨੂੰ ਇੱਥੋਂ ਬਹੁਤ ਸਾਰੇ ਸਾਡਾ ਜਿਹੜਾ ਪੁਰਾਣਾ ਸੱਭਿਆਚਾਰ ਹੈ ਜਾਂ ਇਸ ਤੋਂ ਪਹਿਲਾਂ ਜੋ ਸਾਨੂੰ ਇਸ ਤੋਂ ਪਹਿਲਾਂ ਮਿਲਦਾ ਸੀ ਮੋਬਾਈਲਾਂ ਤੋਂ ਪਹਿਲਾਂ ਉਹ ਸਾਰਾ ਇਸ ਦੇ ਵਿੱਚ ਆ ਕੇ ਮਿਲ ਜਾਂਦਾ ਹੈ। ਅਸੀਂ ਘਾ ਜੀ, ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਅਤੇ ਮੈਂ ਬਠਿੰਡਾ ਤੋਂ ਜਸਕਰਨ ਸਿੰਘ। ਅਸੀਂ ਅੱਜ ਪਹੁੰਚੇ ਹਾਂ ਬਠਿੰਡਾ ਦੇ ਮੁਲਤਾਨੀਆ ਰੋਡ 'ਤੇ ਜਿੱਥੇ ਸਰਕਸ ਲੱਗੀ ਹੋਈ, ਅਮਰ ਸਰਕਸ, ਜਿਸ ਨੂੰ ਲੈ ਕੇ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਹੁਣ ਆਪਣੇ ਘਰਾਂ ਦੇ ਵਿੱਚੋਂ ਨਿਕਲ ਕੇ ਮੋਬਾਈਲਾਂ ਦੇ ਵਿੱਚੋਂ ਨਿਕਲ ਕੇ ਮਾੜਾ ਮੋਟਾ ਇਸ ਤਰ੍ਹਾਂ ਦੀ ਸਰਕਸ ਦੇਖਣੀ ਚਾਹੀਦੀ ਹੈ ਤਾਂ ਜੋ ਸਾਡਾ ਮਨ ਹੈ ਜਿਹੜਾ ਉਹ ਫਰੈਸ਼ ਰਹੇ। ਕਿਉਂਕਿ ਅਸੀਂ ਮੋਬਾਈਲਾਂ ਦੇ ਵਿੱਚ ਹਰ ਵੇਲੇ ਲੱਗੇ ਰਹਿੰਦੇ ਹਾਂ ਅਤੇ ਉਸਦੇ ਨਾਲ ਜਿੱਥੇ ਸਾਡਾ ਦਿਮਾਗ ਖਰਾਬ ਹੋ ਜਾਂਦਾ ਉੱਥੇ ਇਹੋ ਜਿਹੀਆਂ ਸਰਕਸਾਂ ਦੇ ਵਿੱਚ ਜਾ ਕੇ ਜਾਂ ਇਹੋ ਜਿਹੇ ਜਿਹੜੇ ਸਾਡੇ ਈਵੈਂਟ ਹੈ ਉਹ ਦੇਖ ਕੇ ਸਾਡੇ ਮਨ ਦੇ ਵਿੱਚ ਕਿਤੇ ਨਾ ਕਿਤੇ ਉਸਦੇ ਵਿੱਚ ਵਧੀਆ ਉਛਾਲ ਆਉਂਦੇ ਨੇ ਅਤੇ ਵਧੀਆ ਇਹ ਆਪਣੇ ਚੰਗੇ ਚੰਗੇ ਪ੍ਰਭਾਵ ਵੀ ਉਹਦੇ ਨਾਲ ਇਸ ਦੇ ਨਾਲ ਆਉਂਦੇ ਨੇ ਅਤੇ ਇਸ ਲਈ ਸਾਨੂੰ ਸਰਕਸ ਹਰ ਇੱਕ ਵਿਅਕਤੀ ਨੂੰ ਦੇਖਣੀ ਚਾਹੀਦੀ ਹੈ ਜੋ ਇੱਥੇ ਆਪਣਾ ਬਠਿੰਡਾ ਦੇ ਮੁਲਤਾਨੀ ਰੋਡ 'ਤੇ ਲੱਗੀ ਸਰਕਸ ਹੈ ਉਸਦੇ ਵਿੱਚ ਸਾਨੂੰ ਆ ਕੇ ਇਸ ਤਰ੍ਹਾਂ ਦਾ ਜਿਹੜਾ ਆਪਣੇ ਮਨ ਦੇ ਵਿੱਚ ਜਿਹੜੀ ਤਰ੍ਹਾਂ ਦੀ ਜ਼ਿਆਦਾ ਗਵਾਰ ਭਰੇ ਹੋਏ ਨੇ ਉਹ ਵੀ ਇੱਥੇ ਆ ਕੇ ਬਹੁਤ ਸਾਰੇ ਨਿਕਲ ਜਾਂਦੇ ਨੇ। ਇਹਦੇ ਨਾਲ ਜਿੱਥੇ ਮਨ ਨੂੰ ਖੁਸ਼ੀ ਹੁੰਦੀ ਹੈ, ਸੰਤੁਸ਼ਟੀ ਮਿਲਦੀ ਹੈ, ਉੱਥੇ ਇਹੋ ਜਿਹੀ ਸਰਕਸ ਦੇਖ ਕੇ ਸਾਡਾ ਮਨ ਵੀ ਅੰਦਰੋਂ ਹੌਲਾ ਹੋ ਜਾਂਦਾ, ਖਾਲੀ ਹੋ ਜਾਂਦਾ। ਆਓ ਤੁਹਾਨੂੰ ਸੁਣਾਉਂਦੇ ਆ ਕੀ ਕਹਿੰਦੇ ਨੇ ਇੱਥੋਂ ਦੇ ਸਰਕਸ ਦੇਖਣ ਵਾਲੇ ਲੋਕ ਨੇ। ਮੇਰਾ ਨਾਮ ਗੁਰਪ੍ਰੀਤ ਕੌਰ, ਅਸੀਂ ਪੁੱਲੀ ਪਿੰਡ ਜੀ। ਸਰਕਸ ਬਹੁਤ ਵਧੀਆ ਸੀ ਜੀ, ਮਤਲਬ ਬਹੁਤ ਵਧੀਆ ਲੱਗਿਆ ਸਾਨੂੰ ਦੇਖ ਕੇ, ਮਤਲਬ ਬਚਪਨ ਦੇ ਵਿੱਚ ਅਸੀਂ ਦੇਖੀ ਸੀ ਇੱਕ, ਮਤਲਬ ਮਨੋਂ ਦਿਲੋਂ ਤਮੰਨਾ ਸੀਗੀ ਵੀ ਇੱਕ ਵਾਰ ਫਿਰ ਦੁਬਾਰਾ ਦੇਖੀਏ। ਬੱਚਿਆਂ ਨੂੰ ਅਸੀਂ ਮਤਲਬ ਦੱਸਦੇ ਹੁੰਦੇ ਸੀ ਇਹਦੇ ਬਾਰੇ, ਸਰਕਸ ਬਾਰੇ, ਅਤੇ ਫਿਲਮਾਂ ਵਗੈਰਾ 'ਚ ਬੱਚਿਆਂ ਨੇ ਦੇਖੀ ਸੀ, ਬਟ ਜਿਹੜਾ ਅੱਜ ਅਸੀਂ ਮਤਲਬ ਇਹਨਾਂ ਨੂੰ ਦੇਖੀ ਰੂਬਰੂ ਹੋਏ, ਬਿਲਕੁਲ ਆਪਦੇ ਸਾਹਮਣੇ, ਤੋਂ ਬਹੁਤ ਵਧੀਆ ਲੱਗੇ। ਲੇਡੀਜ਼ ਜ਼ਿਆਦਾ ਮੋਬਾਈਲ ਨਾਲੋਂ ਜ਼ਿਆਦਾ ਜੀ ਘਰ ਦੇ ਕੰਮਾਂ 'ਚ ਹੀ ਰੁੱਝੀਆਂ ਰਹਿੰਦੀਆਂ ਨੇ, ਅਤੇ ਹਰ ਵਕਤ ਮਤਲਬ ਡਿਪਰੈਸ਼ਨ ਵੀ ਜਿਹੜਾ ਅੱਜ ਕੱਲ੍ਹ ਬਹੁਤ ਜ਼ਿਆਦਾ ਵੱਧ ਰਿਹਾ, ਇਸ ਕਰਕੇ ਵੱਧ ਰਿਹਾ ਹੈਗਾ ਕਿ ਉਹਨਾਂ ਨੂੰ ਥੋੜ੍ਹਾ ਬਹੁਤਾ ਬਾਹਰ ਨਿਕਲਣਾ ਚਾਹੀਦਾ ਹੈਗਾ ਘਰ ਤੋਂ। ਬਾਹਰ ਨਿਕਲਣਗੀਆਂ ਤਾਂ ਥੋੜ੍ਹਾ ਜਿਵੇਂ ਫਰੈਸ਼ ਮਹਿਸੂਸ ਕਰਦੀਆਂ ਨੇਗੀਆਂ, ਖੁਸ਼ੀ ਵੀ ਹੁੰਦੀ ਆ। ਅਸੀਂ ਇਹਨੂੰ ਹਫ਼ਤਾ ਤਕਰੀਬਨ ਅਸੀਂ ਮਤਲਬ ਯਾਦ ਕਰਾਂਗੇ, ਦੁਬਾਰਾ ਗੱਲਾਂ ਕਰਾਂਗੇ ਇਹਦੀਆਂ, ਤਾਂ ਮਤਲਬ ਇਹ ਤੁਹਾਡਾ ਦਿਮਾਗ ਆ ਜਿਹੜਾ ਸਾਡਾ ਹੋਰ ਪਾਸੇ ਲੱਗਦਾ ਹੈਗਾ। ਹਾਂਜੀ, ਲੇਡੀਜ਼ ਹਰ ਕੋਈ ਚਾਹੁੰਦੀ ਹੈ ਜੀ ਬਾਹਰ ਆਉਣਾ, ਤਾਂ ਪਰ ਕੁਛ ਤਾਂ ਘਰ ਦੀਆਂ ਮਜਬੂਰੀਆਂ ਜੀ, ਕੁਛ ਮਰਦ ਪ੍ਰਧਾਨ ਸਮਾਜ ਦਾ ਵੀ ਆਪਾਂ ਕਹਿ ਸਕਦੇ, ਪਰ ਫਰਕ ਪੈ ਗਿਆ ਪਹਿਲਾਂ ਨਾਲੋਂ ਤਾਂ ਬਹੁਤ ਜ਼ਿਆਦਾ ਫਰਕ ਪੈ ਗਿਆ। ਮੈਂ ਤਾਂ ਇਹੀ ਕਹੂੰਗੀ ਹਰ ਇੱਕ ਲੇਡੀਜ਼ ਨੂੰ ਆਉਣਾ ਚਾਹੀਦਾ ਅਤੇ ਸਰਕਸ ਨੂੰ ਦੇਖਣਾ ਚਾਹੀਦਾ। ਹਾਂਜੀ, ਮੇਰਾ ਨਾਮ ਹੈ ਰੁਪਿੰਦਰਪਾਲ ਕੌਰ, ਅਸੀਂ ਪਿੰਡ ਆਨੰਦਗੜ੍ਹ ਕੋਲਡਾ ਤੋਂ ਹਾਂ, ਜ਼ਿਲ੍ਹਾ ਬਠਿੰਡਾ। ਸਰਕਸ ਸਾਨੂੰ ਬਹੁਤ ਵਧੀਆ ਲੱਗੀ ਜੀ, ਅਤੇ ਫੋਨਾਂ ਦੇ ਵਿੱਚ ਜਿਵੇਂ ਬੱਚੇ ਲੱਗੇ ਰਹਿੰਦੇ ਆ, ਪਰ ਉਸ ਨੂੰ ਲੈ ਕੇ ਵਧੀਆ ਰਿਲੈਕਸ ਹੋਇਆ ਸਾਡਾ ਦਿਮਾਗ, ਬਹੁਤ ਖੁਸ਼ੀ ਮਿਲੀ ਸਰਕਸ ਦੇਖ ਕੇ, ਤਾਂ ਲੋਕਾਂ ਨੂੰ ਵੱਧ ਤੋਂ ਵੱਧ ਆਉਣਾ ਚਾਹੀਦਾ। ਹਾਂਜੀ, ਰੁੱਝੀਆਂ ਰਹਿੰਦੀਆਂ, ਲੇਡੀਜ਼ ਨੂੰ ਵੀ ਆਉਣਾ ਚਾਹੀਦਾ ਤਾਂ ਕਿ ਉਹਨਾਂ ਦਾ ਦਿਮਾਗ ਥੋੜ੍ਹਾ ਫਰੈਸ਼ ਹੋਵੇ ਇੱਥੇ ਆ ਕੇ। ਨਹੀਂ, ਪਹਿਲਾਂ ਛੋਟੇ ਹੁੰਦੇ ਨੇ ਦੇਖੀ ਸਰ, ਉਦੋਂ ਯਾਦ ਨਹੀਂ ਚੰਗੀ ਤਰ੍ਹਾਂ। ਹਾਂਜੀ, ਸੀਨ ਤਾਂ ਲਗਭਗ ਸਾਰੇ ਹੀ ਵਧੀਆ ਸੀ। ਹਾਂਜੀ ਹਾਂਜੀ,
ਹਾਂਜੀ ਜ਼ਿੰਦਾ ਰੱਖਣਾ ਚਾਹੀਦਾ, ਇਹ ਤਾਂ ਬਹੁਤ ਜ਼ਰੂਰੀ ਆ ਜੀ। ਇਹਦੇ ਨਾਲ ਦਿਮਾਗ ਤੋਂ ਟੈਨਸ਼ਨ ਲੈਂਦੀ ਆ, ਜਦੋਂ ਕਿ ਮੋਬਾਈਲ ਦੇਖਦੇ ਆ ਬੱਚੇ, ਉਹਦੇ ਨਾਲ ਦਿਮਾਗ 'ਤੇ ਇਫੈਕਟ ਪੈਂਦਾ ਉਹਦਾ। ਹਾਂਜੀ ਬਹੁਤ ਵਧੀਆ ਜੀ, ਰੇਨੂ ਸ਼ਰਮਾ ਲੋਕਲ ਬਠਿੰਡਾ। ਠੀਕ ਹੈ ਜੀ, ਬਹੁਤ ਵਧੀਆ, ਅੱਛਾ ਟਾਈਮ ਪਾਸ ਹੈ ਬੱਚੇ ਲਈ। ਹਾਂਜੀ ਅੱਛਾ ਮਨੋਰੰਜਨ ਹੈ, ਬਸ ਨਿਕਲਣਾ ਚਾਹੀਦਾ ਮਨੋਰੰਜਨ ਲਈ, ਬੱਚਿਆਂ ਨੂੰ ਤੁਹਾਨੂੰ ਲੈ ਕੇ ਜਾਣਾ ਚਾਹੀਦਾ ਹੈ ਬਸ। ਨਹੀਂ ਨਹੀਂ ਜੀ, ਬਹੁਤ ਟਾਈਮ ਬਹੁਤ ਵਾਰ ਦੇਖੀ ਹੈ ਜੀ। ਹਾਂਜੀ ਹਾਂਜੀ, ਉਸ ਟਾਈਮ ਦੇ ਅਕੋਰਡਿੰਗ ਟੂ ਮਤਲਬ ਠੀਕ ਹੈ, ਇੰਨਾ ਜ਼ਿਆਦਾ ਨਹੀਂ, ਬਟ ਫਿਰ ਵੀ ਠੀਕ ਹੈ। ਇਹਨਾਂ ਦੀ ਆਪਣੀ ਮਿਹਨਤ ਦੇਖੋ ਹੈ ਨਾ, ਪਹਿਲੇ ਤਾਂ ਜਾਨਵਰ ਵਗੈਰਾ ਵੀ ਦਿਖਾਉਂਦੇ ਸੀਗੇ, ਬਟ ਸਾਨੂੰ ਲਾਸਟ ਸ਼ੋਅ ਤੋਂ ਜ਼ਿਆਦਾ ਅੱਛਾ ਲੱਗਦਾ, ਬਟ ਇਹ ਵੀ ਇੰਨਾ ਦਿਖਾਇਆ ਨਹੀਂ। ਚਲੋ ਆਪਣਾ ਆਪਣਾ ਉਹ ਹਰੇਕ ਦਾ। ਬਿਲਕੁਲ ਬਿਲਕੁਲ ਜੀ, ਬੱਚਿਆਂ ਨੂੰ ਥੋੜ੍ਹਾ ਜਿਹਾ ਅਲੱਗ ਜੇ ਦਿਖਾਉਣਾ ਚਾਹੀਦਾ ਸਭ ਕੁਛ। ਨਹੀਂ ਵਧੀਆ ਜੀ, ਸੜਕ ਵਧੀਆ। ਮੇਰਾ ਨਾਮ ਰੋਹਿਤ ਠਾਕੁਰ ਹੈ ਜੀ, ਬਠਿੰਡਾ ਲੋਕਲ ਹੈ। ਸਰਕਸ ਬਹੁਤ ਵਧੀਆ ਜੀ, ਵੈਸੇ ਵੀ ਚਲੋ ਪਸ਼ੂ ਜਾਨਵਰ ਕਰ ਨਹੀਂ ਹੈ, ਪਰ ਟੈਲੈਂਟ ਬਹੁਤ ਹੈ। ਮੈਂ ਤਾਂ ਕਹਿੰਦਾ ਦੇਖਣਾ ਜ਼ਰੂਰ ਦੇਖਣਾ ਚਾਹੀਦਾ, ਬੱਚਿਆਂ ਨੂੰ ਦਿਖਾਉਣਾ ਚਾਹੀਦਾ, ਇਹ ਕਲਾ ਜਿਹੜੀ ਲੁਪਤ ਹੋ ਰਹੀ ਹੈ ਹੋਣੀ ਨਹੀਂ ਚਾਹੀਦੀ, ਬਹੁਤ ਵਧੀਆ ਚੀਜ਼ ਹੈ। ਆਈਟਮ ਤਕਰੀਬਨ ਸਾਰੀਆਂ ਬਹੁਤ ਬੈਸਟ ਸੀ, ਛੋਟੀ ਛੋਟੀ ਪਰ ਬਹੁਤ ਵਧੀਆ ਸੀ, ਮਜ਼ਾ ਆਇਆ। ਬਹੁਤ ਵਧੀਆ ਸਰਕਸ ਸੀ ਜੀ, ਗੁਰਜੀਤ ਸਿੰਘ ਜੀ ਬਠਿੰਡੇ, ਬਹੁਤ ਵਧੀਆ ਸੀ, ਇੰਜੋਏ ਬਹੁਤ ਵਧੀਆ ਹੋਇਆ ਜੀ। ਅਸੀਂ ਬਠਿੰਡਾ ਖਾਸ ਜੀ, ਸ਼ਹਿਰ ਬਹੁਤ ਵਧੀਆ ਜੀ, ਬਹੁਤ ਵਧੀਆ ਇੰਜੋਏ ਹੋਇਆ ਜੀ। ਹਾਂ ਜੀ ਹਾਂ ਜੀ, ਇੱਕ ਵਾਰੀ ਆਉਣਾ ਚਾਹੀਦਾ ਜ਼ਰੂਰ, ਦੇਖ ਕੇ ਜਾਓ, ਬੱਚਿਆਂ ਨੂੰ ਪਤਾ ਲੱਗਦਾ ਵੀ ਸਰਕਸ ਕੀ ਚੀਜ਼ ਹੈ ਜੀ। ਅਤੇ ਬਹੁਤ ਥੈਂਕਸ ਕਰਦੇ ਹਾਂ ਚੈਨਲ ਦਾ। ਰੋਹਿਤ ਅਰੋੜਾ, ਸ਼ੋਅ ਵਧੀਆ, ਜਿਹੜੇ ਸਰਕਸ ਵਾਲੇ ਬੰਦੇ ਆ ਵਿਚਾਰੇ ਬਹੁਤ ਮਿਹਨਤੀ ਹੈ, ਬਹੁਤ ਮਿਹਨਤ ਕੀਤੀ ਇਹਨਾਂ ਨੇ ਪ੍ਰੈਕਟਿਸ 'ਤੇ, ਆਪਣੀ ਪੂਰੀ ਜ਼ਿੰਦਗੀ ਲਗਾ ਰੱਖੀ ਹੈ ਸ਼ੋਅ ਕਰਨ 'ਤੇ ਇਹਨਾਂ ਨੇ। ਅਤੇ ਅਸੀਂ ਅਗਰ ਦੇਖੀਏ ਤਾਂ ਇਹਨਾਂ ਦੀ ਫੀਸ ਬਹੁਤ ਘੱਟ ਹੈ ਬੱਚਿਆਂ ਨੂੰ ਇੰਟਰਟੇਨ ਕਰਨ ਦੀ, ਪਰ ਬਹੁਤ ਵਾਕਈ ਬਹੁਤ ਵਧੀਆ ਸ਼ੋਅ ਹੈ। ਥੈਂਕ ਯੂ। ਸ਼ਹਿਰ ਵਾਸੀਆਂ ਨੂੰ ਇਹ ਅਪੀਲ ਹੈ ਵੀ ਆਓ ਦੇਖੋ, ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ, ਮਨੋਰੰਜਨ ਕਰੋ। ਅਤੇ ਅਸੀਂ ਮੌਲ 'ਚ ਜਾ ਕੇ ਅਸੀਂ ਇੰਨੇ ਇੰਨੇ ਪੈਸੇ ਖਰਚ ਦਿੰਦੇ ਹਾਂ ਫਿਲਮਾਂ 'ਤੇ, ਉਰੇ ਆਓ ਇਹ ਲਾਈਵ ਸ਼ੋਅ ਦੇਖੋ, ਅਸੀਂ ਹੱਥ ਜੋੜ ਕੇ ਪ੍ਰਾਰਥਨਾ ਕਰਦੇ ਹਾਂ ਵੀ ਆ ਕੇ ਜ਼ਰੂਰ ਦੇਖੋ ਸ਼ੋਅ। ਜੀ ਮੇਰਾ ਨਾਮ ਸੰਤੋਸ਼ ਨਾਇਰ ਹੈ, ਮੈਂ ਸਪੈਸ਼ਲੀ ਬਠਿੰਡਾ ਕੇ ਲੋਕੋ ਕੋ ਯੇ ਬਤਾਨਾ ਚਾਹਤਾ ਹੂੰ। ਯੇ ਦੇਖੀਏ ਹਮਾਰੇ ਜੋਕਰ ਸਾਹਿਬ ਖੜੇ ਹੈ ਆਪਕੇ ਪੀਛੇ, ਇਨਕਾ ਜੋ ਸ਼ੋਅ ਹੈ ਜੋਕਰ ਵਾਲਾ ਬਠਿੰਡਾ ਵਾਸੀਓ ਕੋ ਬਹੁਤ ਪਸੰਦ ਆ ਰਹਾ ਹੈ, ਇਸ ਲਈ ਸਪੈਸ਼ਲੀ ਮੈਨੇ ਇਨਸੇ ਆਪਕੋ ਇੰਟਰੋਡਿਊਸ ਕਰਾ ਰਹਾ ਹੂੰ, ਤਾਂਕਿ ਬਠਿੰਡਾ ਵਾਸੀਓ ਕੋ ਪਤਾ ਲਗੇ ਕਿ ਹਮਾਰੇ ਸਰਕਸ ਕੇ ਜੋ ਜੋਕਰ ਹੈ ਵੋ ਸਪੈਸ਼ਲੀ ਬੱਚੋਂ ਕੋ ਬਹੁਤ ਪਸੰਦ ਆ ਰਹੇ ਹੈ, ਬੱਚੋਂ ਕਾ ਖੂਬ ਮਨੋਰੰਜਨ ਕਰ ਰਹੇ ਹੈ, ਔਰ ਯੇ ਖੁਦ ਵੀ ਬਹੁਤ ਖੁਸ਼ ਹੈ ਬਠਿੰਡਾ ਮਾ ਕੇ, ਯੇ ਪਹਿਲੀ ਵਾਰ ਬਠਿੰਡਾ ਮਾ ਆਏ, ਇਨਕੋ ਯਹਾਂ ਕੇ ਲੋਗੋ ਕਾ ਮਿਲਨੇ ਕਾ ਤਰੀਕਾ ਬੋਲਨੇ ਕਾ ਤਰੀਕਾ ਬਹੁਤ ਪਸੰਦ ਆਇਆ, ਔਰ ਯੇ ਕਾਫੀ ਖੁਸ਼ ਹੈ। ਮੈਂ ਬਠਿੰਡਾ ਨਿਵਾਸੀਓ ਸੇ ਯੇ ਅਪੀਲ ਕਰਨਾ ਚਾਹਤਾ ਹੂੰ ਕਿ ਸਰਕਸ ਹਮਾਰੀ ਚੱਲ ਰਹੀ ਹੈ, ਲੋਗੋ ਕੋ ਖੂਬ ਪਸੰਦ ਆ ਰਹੀ ਹੈ, ਲੋਗੋ ਕਾ ਬਹੁਤ ਬੜੀਆ ਰੁਝਾਨ ਆਇਆ ਹੈ ਹਮਕੋ, ਔਰ ਮੈਂ ਯੇ ਚਾਹਤਾ ਹੂੰ ਜੋ ਜਿਨ ਲੋਗੋ ਨੇ ਅਭੀ ਤੱਕ ਸਰਕਸ ਨਹੀਂ ਦੇਖੀ ਹੈ ਵੋ ਵੀ ਆਏ ਹਮਾਰਾ ਸਰਕਸ ਦੇਖੇ, ਔਰ ਮੈਂ ਆਪਕੋ ਯਕੀਨ ਦਿਲਾਤਾ ਹੂੰ ਆਪਕੋ ਹਮਾਰੇ ਸ਼ੋਅ ਸੇ ਨਿਰਾਸ਼ਾ ਨਹੀਂ ਹੋਗੀ, ਬਹੁਤ ਹੀ ਅੱਛਾ ਔਰ ਬਹੁਤ ਹੀ ਬਿਹਤਰੀਨ ਸ਼ੋਅ ਹੈ, ਜਿਸ ਮੇਂ ਜੋਕਰ ਵੀ ਹੈ, ਮੌਤ ਕਾ ਕੂਆ, ਹਵਾਈ ਜੂਲਾ, ਜਿਮਨਾਸਟਿਕ ਸ਼ੋਅ, ਮਾਰਸ਼ਲ ਆਰਟ, ਹਰ ਤਰ੍ਹਾਂ ਕਾ ਪ੍ਰੋਗਰਾਮ ਹੈ ਜੋ ਆਪਣੇ ਪੂਰੇ ਪਰਿਵਾਰ ਕੇ ਸਾਥ ਆਪ ਬੈਠ ਕੇ ਇੰਜੋਏ ਕਰ ਸਕਤੇ ਹੈ, ਔਰ ਟਿਕਟ ਰੇਟ ਵੀ ਹਮਨੇ ਬਹੁਤ ਹੀ ਕਮ ਰੱਖੇ ਹੋਏ ਹੈ,
सर्कस के चलते हैं 3 शो, पहला शो 1 बजे, दूसरा 4 बजे, तीसरा 7 बजे। और मैं आप सभी को अपील करूंगा, आए देखिए जोकर जी आपको खुद बुलाने आए हैं, आप इनके कहने पे आए, अपने बच्चों को लाएं और अपने पूरे परिवार का मनोरंजन करें।